ਜੇ ਗੁਰੂ ਦੀ ਖੁਸ਼ੀ ਲੈਣੀ ਹੈ ਭਾਵੇਂ ਘਰ ਵਿੱਚ ਰਾਜਾ ਕਹਾਉਂਦਾ ਹੋਵੇ ਪਰ ਇੱਥੇ ਆ ਕੇ ਭਾਂਡੇ ਮਾਂਜਣੇ ਪੈਣੇ ਆ ਝਾੜੂ ਫੇਰਨਾ ਪੈਣਾ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਵਰਸੀ ਸਮਾਗਮ ਵੀ ਚੱਲਦੇ ਆ ਬਾਬਾ ਆਨੰਦ ਸਿੰਘ ਜੀ ਬਹੁਤ ਮਹਾਨ ਅਸਤੀ ਆ ਜਿਨ੍ਹਾਂ ਨੇ ਪ੍ਰਤੱਖ ਰੂਪ ਚ ਜ਼ाहिर ਕਰਕੇ ਵਿਖਾਇਆ ਵੀ ਗੁਰੂ ਗ੍ਰੰਥ ਸਾਹਿਬ ਤੇ ਗੁਰਨਾਨਕ ਚ ਫਰਕ ਨਹੀਂ ਗੁਰੂ ਗ੍ਰੰਥ ਸਾਹਿਬ ਵੀ ਗੁਰਨਾਨਕ ਆ ਗੁਰੂ ਗ੍ਰੰਥ ਸਾਹਿਬੀ ਗੁਰੂ ਗੋਬਿੰਦ ਸਿੰਘ ਹੈ ਭਾਵਨਾ ਨਾਲ ਵੇਖੋ ਗੁਰਨਾਨਕ ਮਿਲੇਗਾ ਇੱਕ ਦਿਨ ਕੋਈ ਸਿੰਘ ਚੋਰ ਸਾਬ ਕਰਦਾ ਸੀ ਉਹ ਚੋਰ ਸਾਬ ਰਮਾਲੇ ਨੂੰ ਵੱਜੀ ਜਾਵੇ ਤੇ ਬਾਬਾ ਆਨੰਦ ਸਿੰਘ ਜੀ ਵਰਾਗ ਵਿੱਚ ਆ ਗਏ ਕਹਿੰਦੇ ਗੁਰਮੁਖਾ ਤੂੰ ਚੋਰ ਕਰਦਾ ਤੇ ਬਾਜਾਂ ਵਾਲੇ ਦੀ ਦਸਤਾਰ ਹਿਲਦੀ ਹੈ ਬਾਜਾਂ ਵਾਲੇ ਬਾਰ ਬਾਰ ਦਸਤਾਰ ਨੂੰ ਸਹੀ ਕਰਦੇ ਆ ਤੂੰ ਬਾਰ ਬਾਰ ਚੋਰ ਮਾਰ ਕੇ ਦਸਤਾਰ ਵਿੰਗੀ ਕਰ ਦਿੰਨਾ ਟੇਢੀ ਕਰ ਦਿੰਨਾ ਚੋਰ ਸਾਬ ਉੱਚਾ ਕਰਿਆ ਕਰ ਇਸੇ ਕਾਰਨ ਕਰਕੇ ਹਰਿਮੰਦਰ ਸਾਹਿਬ ਵੀ ਜਦੋਂ ਸਿੰਘ ਸਭ ਚੋਰ ਸਭ ਕਰਦੇ ਪੂਰਾ ਉੱਚਾ ਕਰਦੇ ਆ ਨੀਵਾ ਨਹੀਂ ਕਰਦੇ ਬਾਬਾ ਆਨੰਦ ਸਿੰਘ ਜੀ ਸੰਗਤ ਵਿੱਚ ਬੈਠੇ ਉਹਨਾਂ ਦਾ ਇੱਕ ਸੁਭਾਅ ਸੀ ਬੜਾ ਵੱਡਾ ਕਿ ਅੱਜ ਆਪਾਂ ਸੰਗਤ ਵਿੱਚ ਕਈ ਵਾਰੀ ਉੱਚੇ ਹੋ ਜਾਂਦੇ ਆ ਨਾ ਬਾਬਾ ਆਨੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਸਥਾਨ ਹੋਣਾ ਪ੍ਰਕਾਸ਼ ਹੋਣਾ ਮਹਾਰਾਜ ਦੇ ਪ੍ਰਕਾਸ਼ ਤੋਂ ਬਾਅਦ ਫਿਰ ਅੱਗੇ ਸੰਗਤ ਦੇ ਬੈਠਣ ਦੀ ਜਗ੍ਹਾ ਹੁੰਦੀ ਹੈ ਕਹਿੰਦੇ ਸੰਗਤ ਗੁਰੂ ਸਾਹਿਬ ਤੋਂ ਨੀਵੀਂ ਬੈੰਦੀ ਹੈ ਤੇ ਬਾਬਾ ਆਨੰਦ ਸਿੰਘ ਸੰਗਤ ਤੋਂ ਵੀ ਨੀਵੇ ਬੈਠਿਆ ਕਰਦੇ ਸਨ ਟੋਇਆ ਪੁੱਟ ਕਰਕੇ ਪੁੱਛਿਆ ਕਿਸੇ ਨੇ ਬਾਬਾ ਆਨੰਦ ਸਿੰਘ ਨੂੰ ਵੀ ਟੋਇਆ ਪੁੱਟ ਕੇ ਕਿਉਂ ਬੰਦੇ ਹੋ ਕਹਿੰਦੇ ਸੰਗਤ ਹੈ ਗੁਰੂ ਨਾਨਕ ਦੀ ਤੇ ਇਨ੍ਹਾਂ ਦੇ ਚਰਨਾਂ 'ਚੋਂ ਗੁਰੂ ਨਾਨਕ ਦੇ ਚਰਨਾਂ ਦਾ ਝਲਕਾਰਾ ਮਿਲਦਾ ਹੈ ਕੀ ਪਤਾ ਕਿਤੇ ਭਾਗ ਜਾਗ ਜਣ ਤੇ ਸੰਗਤ ਦੇ ਚਰਨਾਂ ਦੀ ਧੂੜੀ ਨਸੀਬ ਹੋ ਜਾਵੇ ਇਹ ਭਾਵਨਾ ਸੰਗਤ ਵਿੱਚ ਬੈਠੇ ਕੀਰਤਨੀਆ ਸਿੰਘ ਕੀਰਤਨ ਕਰਨ ਆਇਆ ਕੀਰਤਨ ਕਰ ਰਿਆ ਸੀਗਾ ਪੱਖਾ ਫੇਰਾ ਪਾਣੀ ਢੋਵਾਂ ਰੱਬਾ ਤੇਰੀਆਂ ਸੰਗਤਾਂ ਨੂੰ ਕਹਿੰਦੇ 2-3 ਵਾਰ ਉਹਨੇ ਧਾਰਨਾ ਪੜੀ ਸੰਗਤ ਖਮੋਸ਼ ਸੀ ਤੇ ਬਾਬਾ ਨਾਨਕ ਸਿੰਘ ਜੀ ਖੜੇ ਹੋਏ ਕਹਿੰਦੇ ਗੁਰਮੁਖਾ ਕੀਰਤਨ ਬੰਦ ਕਰ ਦੇ ਉਹਨੇ ਕੀਰਤਨ ਬੰਦ ਕਰ ਦਿੱਤਾ ਬਾਬਾ ਨਾਨਕ ਸਿੰਘ ਕਹਿੰਦੇ ਪਹਿਲਾਂ ਇਹ ਦੱਸ ਕਿੰਨੀ ਕੋ ਦੇਰ ਗੁਰੂ ਘਰ ਚ ਭਾਂਡੇ ਮਾਂਜਦੇ ਆ ਕਿੰਨੀ ਕੋ ਦਿਰ ਗੁਰੂ ਘਰ ਚ ਝਾੜੂ ਫੇਰਦਾ ਕਿੰਨੀ ਕੋ ਦਿਰ ਅੰਮ੍ਰਿਤ ਵੇਲੇ ਅਭਿਆਸ ਕਰਦਾ ਕਹਿਣ ਲੱਗਾ ਬਾਬਾ ਜੀ ਮੈਨੂੰ ਝਾੜੂ ਫੇਰਨ ਭਾਂਡੇ ਮਾਣਨ ਦੀ ਕੀ ਲੋੜ ਮੈਂ ਤਾਂ ਖੁਦ ਹੀ ਕੀਰਤਨੀ ਆ ਕਹਿੰਦੇ ਨਹੀਂ ਨਹੀਂ ਇਸ ਘਰ ਦੇ ਵਿੱਚ ਭਾਈ ਮਰਦਾਨੇ ਨੇ ਵੀ ਗੁਰੂ ਨਾਨਕ ਦੇ ਚਰਨਾਂ ਦੀ ਸੇਵਾ ਕੀਤੀ ਸੀ ਤੇ ਇਸ ਕਰਕੇ ਜੇ ਤੂੰ ਚਾਹੁੰਨਾ ਤੇਰੇ ਕੀਰਤਨ ਦੇ ਵਿੱਚੋਂ ਰਸ ਆਵੇ ਤੇਰੇ ਕੀਰਤਨ ਵਿੱਚ ਸੰਗਤ ਝੂਮ ਉਠੇ ਤੇਰੇ ਕੀਰਤਨ ਨੂੰ ਸੁਣ ਕੇ ਸੰਗਤ ਮੰਤਰ ਮੁਕਤ ਹੋ ਜਾਵੇ ਇਸ ਕਰਕੇ ਨੇਮ ਬਣਾ ਅੱਠ ਘੰਟੇ ਦੀ ਸੇਵਾ ਬਾਬੇ ਨਾਨਕ ਦੇ ਘਰ ਵਿੱਚ ਕਰ ਪਹਿਲਾਂ ਫਿਰ ਵਾਜਾ ਫੜੀ ਜਦੋਂ ਫਿਰ ਵਾਜਾ ਫੜਿਆ ਫਿਰ ਸੰਗਤ ਨੇ ਵਾਜਾ ਛੱਡਣ ਹੀ ਨਹੀਂ ਦੇਣਾ ਬਾਬਾ ਨਾਨ ਸਿੰਘ ਜੀ ਨੇ ਮਨਾ ਕੀਤਾ ਉਹ ਚਲਾ ਗਿਆ 5-6 ਮਹੀਨੇ ਲਗਾਤਾਰ ਸੇਵਾ ਕਰਦਾ ਰਿਹਾ ਕਹਿੰਦੇ ਫਿਰ ਸਮਾਗਮ 'ਚ ਬੈਠੇ ਤੇ ਬਾਬਾ ਨਾਨ ਸਿੰਘ ਕਹਿੰਦੇ ਉਹ ਕੀਰਤਨੀਆ ਕਿੱਥੇ ਆ ਸੱਜ ਕੇ ਲਿਆਓ ਉਹ ਝਾੜੂ ਫੇਰਦਾ ਸੀ ਜਦੋਂ ਸੱਦਕੇ ਲਿਆਂਦਾ ਕਹਿੰਦੇ ਵਾਜੇ ਤੇ ਬਹਿ ਉਹ ਕਹਿੰਦਾ ਬਾਬਾ ਜੀ ਮੈਂ ਤੇ ਰਿਆਜ਼ ਨਹੀਂ ਕੋਈ ਕੀਤਾ ਕਹਿੰਦੇ ਜਿਹੜਾ ਰਿਆਜ਼ ਤੂੰ ਅੱਜ ਕਰਕੇ ਆਇਆ ਹੁਣ ਤੈਨੂੰ ਨਹੀਂ ਗੋਣਾ ਪਵੇਗਾ ਗੁਰਨਾਣਕ ਹੀ ਗਾਏਗਾ ਤੂੰ ਬਹਿ ਵਾਜੇ ਤੇ ਕਹਿੰਦਾ ਜੀ ਮੈਂ ਗਾਵਾਂ ਕੀ ਕਹਿੰਦੇ ਉਹੀ ਧਾਰਨਾ ਗਾਹ ਜਿਹੜੀ ਧਾਰਨਾ ਤੂੰ ਰੋਕਿਆ ਸੀ ਜਦੋਂ ਕਹਿੰਦੇ ਉਹਨੇ ਦੁਬਾਰਾ ਫਿਰ ਉਹੀ ਧਾਰਨਾ ਗਾਈ ਸੰਗਤਾਂ ਦੇ ਨੇਤਰਾਂ ਚੋਂ ਜਾਲੀ ਨਾ ਰੁਕੇ ਤੇ ਸੰਗਤਾਂ ਝੂ ਮੁੱਠੀਆਂ ਤੇ ਧੰਨ ਗੁਰੂ ਨਾਨਕ ਸਾਹਿਬ ਦੀ ਜੈ ਜੈਕਾਰ ਕਰਨ ਲੱਗ ਪਈਆਂ ਸੋ ਇਸ ਕਰਕੇ ਸੇਵਾ ਕਰਕੇ ਮਾਣ ਮਿਲਦਾ ਹੈ ਸੇਵਾ ਤੋਂ ਹੀ ਦਾਤ ਮਿਲਦੀ ਹੈ